এই আকাশ শুনি জম্মে অন্তরজগমন শর্মা কোলা খবনা শুনো ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਰੇ ਅੱਜ ਦੇਹਰਾਦੂਨ ਸਥਿਤ ਭਾਰਤੀ ਸੈਨਾ ਅਕਾਦਮੀ ਆਈਐਮਏ ਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਪਰੇਡ ਕੀ ਸੰਬੋਧਿਤ ਕਰਦੇ ਹੋਏ ਆਪਣੀ ਸਿਖਲਾਈ ਮੁਕੰਮਲ ਕਰ ਚੁੱਕੇ ਦੇ ਕੈਡਿਟ ਹੈ ਜਿਨੇ ਕੀ ਜੈਂਟਲਮੈਨ ਕੈਡਿਟਸ ਆਖਿਆ ਜਾਂਦਾ ਹੈ ਕਿ ਆਖਿਆ ਜੇ ਦੇਸ਼ ਹੈ ਕੀ ਮਕਾਮੀ ਤੇ ਕੁਲ ਸੰਸਾਰੀ ਸਤਾ ਪਰ ਜੜੀਆਂ ਚੁਣੌਤੀਆਂ ਨੇ ਉਹਨੇ ਕੀ ਸ਼ਾਰੀਰਿਕ ਤੇ ਮਾਨਸਿਕ ਨਿਸ਼ਠਾ ਦੇ ਕੰਨੇ ਨਿਬੜਨੇ ਦੀ ਲੋੜ ਹੈ ਉਹਨੇ ਗਲਾਇਆ ਜੇ ਬਦਲਦੇ ਸਮੇਂ ਦੇ ਕੰਨੇ ਚੁਣੌਤੀਆਂ ਵੀ ਨਿਤ ਨਮਾ ਸਰੂਪ ਲੈ ਕਰਦੀਆਂ ਨੇ ਜਿੰਦੇ ਨੇ ਨਿਬੜਨਾ ਵੀ ਨਮੇ ਨਵੇਂ ਆਧੁਨਿਕ ਤਰੀਕੇ ਕਰਨੇ ਹੋਗ ਜਿਹਦੇ ਚ ਨਵੀਆਂ ਤਕਨੀਕਾਂ ਵਿਧੀਆਂ ਦਾ ਇਸਤੇਮਾਲ ਤੇ ਮਾਨਵੀ ਤੇ ਤਕਨੀਕੀ ਸੰਸਾਧਨਾਂ ਵਿਚਕਾਰ ਨੇੜਮਾ ਤਾਲਮੇਲ ਹੋਣਾ ਵੀ ਲਾਜ਼ਮੀ ਹੈ उत्तरी कश्मीर के बंडीपोरा जिले में पुलिस के एक दल पर होए आतंकी हमले च दौ पुलकर्मी शहीद हो गए जानकारी मुजब जं राातीं एसएचओ सदर के दस्ते पर आतंकवाद बांडीपोरा गुलशन चौक हमला जे दौ पुलसकर्मी घायल हो गए उ तुरंत बांडीपोरा जिला अस्पताल पाया गया जितें डॉक्टरें उ मोएद आने घोषित किया शहीद पुलिसकर्मी की पंान मोहम्मद सुल्ान फयाज अहमद के तौरा पर ਤਬਲੀਗੀ ਜਮਾਤ ਸੰਗਠਨ ਉੱਪਰ ਪਾਬੰਦੀ ਲਾਈ ਦਿੱਤੀ ਹੈ ते अपने मुल्खच इस जमानत के दाखले पर भी रोक लाई दी है सऊद अरब सरकार का आखना है यह संगठन आतंकवाद के दरवाजे चा एक है जरा मतलब यह हो यह संगठन कथित तौर पर आतंकवादी सोच बढ़ावा दाता है सरकार सऊद अरब के मौलानाएक्म जारी किया संगठन समाज लतरा है इस करी शुक्रवार मसीहतें अंदर लोग भी इस बारे जागरूक कराजे इस तंजीम को छिंडा बनाई रखन ਜੰਮੂ ਕਸ਼ਮੀਰ ਚ ਕਲ ਕਰੋਨਾ ਦੇ 173 ਨਵੇਂ ਮਾਮਲੇ ਸਾਹਮਣੇ ਆਏ ਨੇ ਜਿੰਦੇ ਚ 44 ਜੰਮੂ ਪ੍ਰਾਂਤ თਾ ਮਾ ਤੇ 129 ਕਸ਼ਮੀਰ ਪ੍ਰਾਂਤ ਤੇ ਵਾਕ ਬਾਕੀ ਸੇ ਥਮਾਨ ਇਹਦੇ ਕਰਨੇਗੇ ਇੱਥੇ ਅਜੇ 200 ਸਾਹਮਣੇ ਆਏ ਚੁਕੇ ਤੇ ਕਰੋਨਾ ਦੇ ਕੁੱਲ ਮਾਮਲੇ 3 ਲੱਖ 38563 ਹੋ ਗਏ ਨੇ ਜਿੰਦੇ ਚ 1618 ਇਹ ਲੈ ਸਕਰੀਆ ਮਾਮਲੇ ਨੇ ਜਿੰਦਾ ਇਲਾਜ ਚਲਦਾ ਤੇ 3 ਲੱਖ 32455 ਕਸਰੀ ਨਰ ਹੋਏ ਚੁਕੇ ਨੇ ਮੁਲਖ ਪਰ ਅਜੇ ਕਾਲ ਕਰੋਨਾ ਦੇ 8593 ਮਾਮਲੇ ਸਾਹਮਣੇ ਆਏ ਜਿਨੇ ਗਿਰਲਾਈਏ ਜੰਤੋੜੀ ਸਾਹਮਣੇ ਆਏ ਚੁਕੇ ਦੇ ਕਰੋਨਾ ਦੇ ਕੁੱਲ ਮਾਮਲੇ 3 ਕਰੋੜ 46 ਲੱਖ 74744 ਹੋਏ ਗੇ ਨਾ ਜਿੰਦੇ ਚਾ 94943 ਇਹ ਲੈ ਸਕਰੀਏ ਮਾਮਲੇ ਨਾ ਤੇ 3 ਕਰੋੜ 41 ਲੱਖ 506 ਕਸਰੀ ਬਾਲੋਏ ਚੁਕੇ ਦੇ ਨਾ ਦੇਸ਼ਾਚੂ ਕੋਰੋਨਾ ਥਮਾ ਬਚਾਲਾ ਟੀਕਾ ਲਾਣੇ ਦਾ ਅਭਿਆਨ ਜ਼ੋਰੇ ਸ਼ੋਰੇ ਜਾਰੀ ਹੈ ਤੇ ਇਹ ਆંકੜਾ 1 ਅਰਬ 32 ਕਰੋੜ ਕੋਲਾ ਪਾਰ ਪੁੱਜ ਗਿਆ ਦਾ ਹੈ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਇੱਕ ਦਿਨ ਵਿੱਚ 68 ਲੱਖ ਕੋਲਾ ਮਤੇ ਲੋਕਾਂ ਦੀ ਟੀਕਾ ਲਾਇਆ ਗਿਆ ਉਪ ਰਾਜਪਾਲਨ ਦੇ ਸਲਾਹਕਾਰ ਅਜੀਵ ਰਾਏ ਭਟਨਾਗਰ ਨੇ ਆਖਿਆ ਜੇ ਪੜਾਈ ਲਿਖਾਈ ਦੀ ਜਮਾਤਾਂ ਦੀ ਚਾਰ ਦੁਆਰੀਆਂ ਥੋੜੀ ਕੇ ਬੰਨੀਏ ਨਹੀਂ ਰੱਖਣਾ ਲੋੜਦਾ ਸਗੋਂ ਇਹਦੇ ਚ ਹੋਰ ਕਈ ਗਤੀਵਿਧੀਆਂ ਕਿ ਵੀ ਸ਼ਾਮਲ ਕਰਨ ਦੀ ਲੋੜ ਹੈ ਤਾਂ ਜੋ ਬੱਚੇ ਦੇ ਪੂਰੇ ਪ੍ਰਾਤੇ ਵਿਕਾਸ ਕੀ ਯਕੀਨੀ ਬਣਾਇਆ ਜਾ ਸਕੇ ਸਮਗ੍ਰ ਸਿੱਖਿਆ ਮਹਿਕਮੇ ਦੇ ਨਿਤੀ ਸ਼ਾਲੇ ਪਾਸ ਜਾਂ ਯੂਟੀ ਸਤਾ ਦੇ ਲਵਾਏ ਗਏ ਦੇ ਕਾਰਜਕ੍ਰਮ ਕਲਾ ਉਤਸਵ 2021 ਦੌਰਾਨ ਇਸ ਕਾਰਜਕ੍ਰਮ ਦੇ ਜੇਤੂਆਂ ਕੇ ਸੰਬੋਧਿਤ ਕਰਦੀ ਹੈ ਉਨ੍ਹਾਂ ਆਖਿਆ ਜੇ ਨਵੀਂ ਸਿੱਖਿਆ ਨੀਤੀ ਚ ਕਲਾ ਸੰਗੀਤ ਤੇ ਹੋਰ ਦੁਈਏ ਕਈ ਗਤੀਵਿਧੀਆਂ ਦੀ ਥਾਰ ਦਿੱਤੀ ਗਈ ਹੈ जम्मू के डिप्टी कमिश्नर अंशुल गर्ग हो ग्रामीण विकास महकमे की गई एक बैठक च जिले में कैपेक्स बजट तहत कि कमें तफसीली जायजा लागा इस मौके पर हेठली सतह तोड़ी लोकवाद की तगड़ा करते हुए तरक्की की अगड़ा बदाने बारे चेचे तौर तो पर जोर भर गया इस दौरान बैक टू विलेज प्रोग्राम तहत कि कमेंग पंचायतें आसा कि कमें, कमें बारे भी जायजा लिया गया ਉਦਯੋਗ ਤੇ ਬਨਨ ਜਮਾਇਕਪੇ ਦੇ ਪ੍ਰਧਾਨ ਸਚਿਵ ਰੰਜਨ ਪ੍ਰਕਾਸ਼ ਠਾਕੂਰ ਤੇ ਵਿਦੇਸ਼ੀ ਕਾਰੋਬਾਰ ਦੇ ਨਿਰਦੇਸ਼ਕ ਅੰਮਿਤ ਯਾਦਵ ਹੋਰੇ ਨਿਰਯਾਤ ਕੀ ਬੜਾਵਾ ਦੇਨੇ ਬਾਰੇ ਇੱਕ ਦਿਨੇ ਦੀ ਖੇਤਰੀ ਕਾਰਸ਼ਾਲਾ ਦਾ ਜੰਮੂਜ ਉਦਘਾਟਨ ਕੀਤਾ ਜੰਮੂ ਕਸ਼ਮੀਰ ਟ੍ਰੇਡ ਪ੍ਰੋਮੋਸ਼ਨ ਆਰਗੇਨਾਈਜੇਸ਼ਨ ਯਾਨੀ ਜੰਮੂ कश्मीर नि निर्यात की बढ़ावा देने बारे संगठन आसिया बण मंत्रालय कलिए इस कार्यशाला का आयिस्ता हा इस मौके पर जम्मू कश्मीर निर्यात की बढ़ावा देने बारे मुख्य मुद्दे बारे तफसी सलाह सुत्र इस मौके पर चेचे तौरा पर जिले सावे उत्पादें निर्यात करने बारे प्राथमिकता आली सूची में मंजूरी देने बारे भी चर्चा की अधिकारियों हर जिले सवा उद्योग ते रई बई संबंधी उत्पादें की ताल करने बारे जोर भरया त ਰੀਆਤ ਉਪਰ ਮਤਾਤੀਆਂ ਦਿੱਤਾ ਜਾイ ਸਕਾ ਹੈ। ਰਾਸ਼ਟ ਮੰਡਲ ਚੈਂਪੀਅਨਸ਼ਿਪ ਦੇ ਪਾਰ ਤਲਕਨੇ ਦੇ ਮਰਦਾਂ ਦੇ 60 ਕਿਲੋਗ੍ਰਾਮ ਪਾਰ ਵਰਗ ਚ ਭਾਰਤ ਦੇ ਜਰਮੀ ਲਾਲਬਰੀ ਨੁੰਗਾ ਨੇ ਸੁੰਨਹਿਰਾ ਤਗਮਾ ਜਿੱਤੀ ਲਿਆਤਾ ਹੈ। ਉਨ੍ਹੀਏ ਬਰੇਂ ਦੇ ਜਰਮੀ ਨੇ ਤਾਸ਼ਕੰਦ ਚ ਸਨੇਚ ਐਂਡ ਕਲੀਨ ਐਂਡ ਜਰਕ ਮੁਕਾਬਲੇ ਚ ਕੁੱਲ 355 ਕਿਲੋਗ੍ਰਾਮ ਪਾਰ ਚੁੱਕੀਏ ਸੁੰਨਹਿਰਾ ਤਗਮਾ ਹਾਸਲ ਕੀਤਾ। ਜਰਮੀ 2018 ਚ ਯੁਵਾ 올ਿਮਪਿਕਸ ਚ ਵੀ ਸੁੰਨਹਿਰਾ ਤਗਮਾ ਜਿੱਤੀ ਚੁਕੇ ਦੇਨ। ਇਹ ਦਿੱਕਨ ਦੇ ਖਬਰਿੰਦਾਇ ਬੁਲੇਟਿਨ ਸਮਾਪਤ ਹੋਆ